अपने शहर और आसपास की खबरें पाने के लिए हमारे न्यूज़ चैनल को सब्सक्राइब करें और साथ में लगे घंटी वाले बटन को दबाएं। सफाई मैनों और सीवर मैनों की 8 दिन से चल रही हड़ताल आज समाप्त हो गई है और आज से जलंधर वासियों को कूड़े के ढेरों से निजात मिल जाएगी। प्राइवेट ठेके पर रखे जाने वाले 160 सीवर मैनों के संबंध में निगम प्रशासन ने अब ये फैसला लिया है कि उन्हें डीसी रेट या फिर पक्के तौर पर रखा जाएगा। मांग साड़ी है ही कोई नहीं सी। जेड़ा है इन्होंने 3 नंबर मता जेड़ा आज चोर दरवाजे राही पास किया सीगा। चिराग भाई थोड़ा सा माइक नीचे। ठेकेदारी प्रथा दी विरोध है। कमा हाथ की मंगा वाला तो हल्ले साडा डिमांड नोटिस इन्हां तो पे आया। ओ असि डिस्कशन करांगे इन्हां नाल। ओदी चर्चा करांगे। ए जेड़ी मांग सी ए मांग नहीं सीगी। ए तो साडे गले पै गई लड़ाई। जेड़ी कि असि करनी नहीं सी चाहुंदे। पर ए बजिद सीगे इस गल ते। ए तां अज शहर वासियों तो मैं माफी मंगदा वी जेड़े इन्हां नूं 8 दिनां च इनकनवीनियंस होई है जिहड़ी असुविधा होई है ओहदे लई मैं खेत पर हड़ताल खत्म हो गई है जी। हुण बिल्कुल खत्म ਤੇ ਕਦੋਂ ਤੋਂ ਸਫਾਈ ਨਹੀਂ ਸ਼ੁਰੂ ਹੋਈ ਤੇ ਅੱਜ ਤੋਂ ਹੀ ਹੋ ਜਾਏਗੀ। ਅੱਜ ਤੋਂ ਸ਼ੁਰੂ ਹੋ ਜਾਏਗੀ। ਅੱਜ ਤੋਂ ਸਫਾਈ ਸ਼ੁਰੂ ਜਿਹੜੀ ਹੈ ਬਾਇਓਮੈਟ੍ਰਿਕ ਨੂੰ ਹਾਲੀ ਗੱਲ ਕਰਦੇ ਹੋ ਉਹਦੇ ਵਿੱਚ ਕੀ ਦੇਣਾ ਆਪਣਾ ਬਾਇਓਮੈਟ੍ਰਿਕ ਦੀ ਜਿਹੜੀ ਹਾਇਰੀ ਹੈ ਇਹ ਇਕੱਲੀ ਕਿਤੇ ਜਲੰਧਰ 'ਚ ਇੰਪਲੀਮੈਂਟ ਕਰਨੀ ਕਿ ਪੂਰੇ ਪੰਜਾਬ 'ਚ ਇੰਪਲੀਮੈਂਟ ਕਰਨੀ ਹੈ? ਬਾਇਓਮੈਟ੍ਰਿਕ ਹਾਜ਼ਰੀ ਬੰਦੇ ਦੇ ਮਗਰ ਲੈ ਕੇ ਤੁਰਨਾ ਆਪਾਂ? ਪਹਿਲਾਂ ਸਾਨੂੰ ਕਮਰੇ ਬਣਾ ਲਏ ਬਾਥਰੂਮ ਦਾ ਪ੍ਰਬੰਧ ਹੋਵੇ। ਸਿੱਟਾ ਕੀ ਨਿਕਲਿਆ ਹੜਤਾਲ ਤੋਂ ਬਾਅਦ? ਹੁਣ ਮੀਟਿੰਗ ਹੋਈ ਹੈ, ਸਿੱਟਾ ਕੀ ਨਿਕਲਿਆ? ਟੇਬਲ ਟਾਕ ਪਹਿਲਾਂ ਵੀ ਹੋ ਸਕਦਾ ਸੀ। ਮੈਂ ਮਾਈਕ ਤੇ ਗਿਆ ਜੀ, ਇਹ 8 ਦਿਨ ਪਹਿਲਾਂ ਵੀ ਗੱਲ ਹੋ ਸਕਦੀ ਸੀ। 4 ਦਿਨ ਪਹਿਲਾਂ ਅਸੀਂ ਨੋਟਿਸ ਕੀਤਾ ਇਹਨਾਂ ਨੂੰ। ਵੀਰਵਾਰ ਨੂੰ ਅਸੀਂ ਨੋਟਿਸ ਕਰਦੇ ਹਾਂ, ਵੀਰ ਸ਼ੁੱਕਰ ਸ਼ਨੀ ਆਇਆ, ਸਾਨੂੰ ਕੋਈ ਡਾਇਲੋਗ ਲਈ ਨਹੀਂ ਬੁਲਾਇਆ ਜਾਂਦਾ। ਦੂਸਰੇ ਦਿਨ ਸੋਮਵਾਰ ਨੂੰ ਮੇਅਰ ਸਾਹਿਬ ਇਹ ਗੱਲ ਕਹਿੰਦੇ ਆ ਵੀ ਅਸੀਂ ਵਿਧਾਇਕਾਂ ਨਾਲ ਬੈਠਾਂਗੇ, ਸੈਸ਼ਨ ਚੱਲਦਾ ਫਿਰ ਗੱਲ ਕਰਾਂਗੇ। ਔਰ 8 ਦਿਨਾਂ 'ਚ ਵਿਧਾਇਕਾਂ ਨਾਲ ਇੱਕ ਵਾਰੀ ਵੀ ਮੀਟਿੰਗ ਨਹੀਂ ਹੁੰਦੀ, ਠੀਕ ਹੈ ਨਾ? ਤਾਂ ਮੈਂ ਸਮਝਦਾ ਇਹ ਗੁੰਮਰਾਹ ਭਰੇ ਜਿਹੜੇ ਬਿਆਨ ਹੈਗੇ ਆ, ਕਿਤੇ ਨਾ ਕਿਤੇ ਇਹਦਾ ਗਲਤ ਜਿਹੜਾ ਮੈਸੇਜ ਜਾਂਦਾ ਸਮਾਜ ਦੇ ਵਿੱਚ ਜੋ ਹੈਗਾ। ਅੱਜ ਵੀ ਇਹ ਗੱਲ, ਜੇ ਕੱਲ੍ਹ ਅਸੀਂ 5 ਘੰਟੇ ਬੈਠੇ ਹਾਂ ਤਾਂ ਇਹ ਵੀਰਵਾਰ ਵੀ 5 ਘੰਟੇ ਬੈਠ ਸਕਦੇ ਸੀ, ਸ਼ੁੱਕਰਵਾਰ ਵੀ ਬੈਠ ਸਕਦੇ ਸੀ। ਇਹ ਪਹਿਲਾਂ ਹੀ ਨਿਬੜ ਜਾਣੀ ਚਾਹੀਦੀ ਸੀ ਵੀ ਜਿਹੜੀ ਕਿ 8 ਦਿਨ ਐਵੇਂ ਲੰਬੇ। ਤੁਹਾਨੂੰ ਕੀ ਲੱਗਦਾ ਇਹ ਲੰਬੇ ਕਿਉਂ ਖਿੱਚੇ ਗਏ? ਨਾ ਮਤਲਬ ਕੀ ਕਾਰਨ ਰਿਹਾ? ਇਹ ਬੇਸਿਕਲੀ ਹੁਣ ਇਹ ਦੱਸ ਸਕਦੇ ਵੀ ਇਹਨਾਂ ਦਾ ਇਹਦੇ ਪਿੱਛੇ ਕੀ ਹਿਡਨ ਏਜੰਡਾ ਹੈ। ਜੇ ਸੋਚ ਲਿਆ ਵੀ ਅਸੀਂ ਇੱਦਾਂ ਦਬਾ ਕੇ ਇਹਨਾਂ ਨੂੰ ਆਪਣੀ ਗੱਲ ਮਨਵਾ ਲਾਂਗੇ, ਇਕੱਠਾ ਹੀ ਨਹੀਂ ਹੋਣਾ। ਸਟ੍ਰਾਈਕ ਤੋਂ ਬਾਅਦ ਸਟ੍ਰਾਈਕ ਪਿਛਲੇ ਦਿਨਾਂ ਜਿਹੜੀ ਸਟ੍ਰਾਈਕ ਮਿਊਂਸਪਲ ਗਵਰਨਮੈਂਟ ਚੱਲ ਰਹੀ ਸੀ ਉਹ ਸੀ 160 ਬੰਦਿਆਂ ਦੇ ਬਾਰੇ ਸਟ੍ਰਾਈਕ ਸੀ। 160 ਜਿਹੜੀ ਹੈ ਅਸੀਂ ਲੋੜ ਦੇ ਅਨੁਸਾਰ ਹਰ ਕੌਂਸਲ ਨੂੰ 2-2 ਜਿਹੜੇ ਸੇਵਰਮੈਨ ਦਿੱਤੇ ਸੀਗੇ ਉਹਦੇ ਨਾਲ ਸ਼ਹਿਰ ਦਾ ਬਹੁਤ ਵਧੀਆ ਕੰਮ ਚੱਲ ਰਿਹਾ ਜਿਹਦਾ ਰਿਜ਼ਲਟ ਬਹੁਤ ਅੱਛਾ ਆਇਆ। ਮੈਂ ਇਕੱਲੇ ਇਕੱਲੇ ਕੌਂਸਲ ਗੱਲ ਕਰਦੀ ਹੈ ਉਹ ਯੂਨੀਅਨ ਵਾਲੇ ਵੀ ਇਸ ਗੱਲ ਨਾਲ ਸਹਿਮਤ ਨੇ ਕਿ ਇਸ ਦਾ ਵਾਕਈ ਫਾਇਦਾ ਹੋਇਆ। ਉਹ ਹਾਲ ਦੀ ਘੜੀ 80 ਦਿਨਾਂ ਵਾਸਤੇ ਰੱਖੇ ਗਏ ਨੇ। ਇਸ ਤੋਂ ਬਾਅਦ ਅਸੀਂ ਜਲਦੀ ਇੱਕ ਮਤਾ ਪਾਉਣ ਜਾ ਰਹੇ ਹਾਂ ਅਤੇ ਉਹ ਮਤਾ ਪਾ ਕੇ ਅਸੀਂ ਸਰਕਾਰ ਤੋਂ ਮੰਗ ਕਰਾਂਗੇ ਕਿ ਇਹਨਾਂ ਨੂੰ ਡੀ ਸੀ ਰੇਟ ਕਨਵਰਟ ਕਰ ਦਿੱਤਾ ਜਾਵੇ ਅਤੇ ਜਾਂ ਇਹਨਾਂ ਨੂੰ ਪੱਕੇ ਤੌਰ 'ਤੇ ਨਿਯੁਕਤ ਕਰਾ ਦਿਆ। ਪਰ ਇਹ ਕਿਸੇ ਵੀ ਕੀਮਤ 'ਤੇ ਕੱਢੇ ਨਹੀਂ ਜਾਣਗੇ, ਇਹ 160 ਦੇ 60 ਕੰਟੀਨਿਊਸ ਕੰਮ ਕਰਨਗੇ। ਅਤੇ ਹਾਂਜੀ ਜੇ ਇਹੀ ਚੀਜ਼ ਪਹਿਲਾਂ ਕਲੀਅਰ ਹੋ ਗਈ ਮੈਂ ਉੱਪਰ ਆਪਣੇ ਹਾਈ ਕਮਾਂਡ ਨਾਲ ਗੱਲ ਕਰਨੀ ਸੀ, ਉਹਨਾਂ ਨਾਲ ਹਾਈ ਕਮਾਂਡ ਗੱਲ ਕਰਕੇ ਉਹਨਾਂ ਨੇ ਮੈਨੂੰ ਕੱਲ੍ਹ ਰਾਤੀ ਵਿੱਚ ਗੱਲ ਕੀਤੀ ਹੈ। ਉਹਨਾਂ ਨੇ ਕਿਹਾ ਇਹਨੂੰ ਮਤਾ ਪਾ ਕੇ ਤੁਸੀਂ ਸਾਡੇ ਨਾਲ ਗੱਲ ਕਰੋ, ਅਸੀਂ ਹੁਣ ਮਤਾ 1-2 ਦਿਨ 'ਚ ਪਾ ਲਵਾਂਗੇ ਅਤੇ ਅਸੀਂ ਗੱਲ ਕਰਾਂਗੇ। ਇਹਦੇ ਨਾਲ ਦੀ ਨਾਲ ਹੀ ਸਾਡੇ ਕੁਛ ਕੌਂਸਲਰ ਦੇ ਹਾਊਸ ਦੀ ਡਿਮਾਂਡ ਸੀ ਜਿਹੜੀ ਬਾਇਓਮੈਟ੍ਰਿਕ ਹਾਜ਼ਰੀ ਆ ਕਲਾਸ 4 ਦੀ ਵੀ ਹੋਣੀ ਚਾਹੀਦੀ ਆ। ਉਹਨਾਂ ਨੇ ਯੂਨੀਅਨ ਨੇਤਾਵਾਂ ਨੇ ਇਹ ਗੱਲ ਕਹੀ ਹੈ ਕਿ ਜੇ ਕਿਸੇ ਵੀ ਪੰਜਾਬ ਕਿਸੇ ਦੇ ਥਾਂ 'ਤੇ ਇੱਕ ਥਾਂ 'ਤੇ ਵੀ ਹੋਵੇ ਤਾਂ ਤੁਸੀਂ ਵੀ ਇੱਥੇ ਸ਼ੁਰੂ ਕਰ ਸਕਦੇ ਹੋ ਜਿਹੜੀ ਅਜੇ ਤੱਕ ਇਹ ਨਹੀਂ ਆ। ਔਰ ਅਸੀਂ ਇਸ ਨੂੰ ਕਨਫਰਮ ਕਰਕੇ ਅਸੀਂ ਇਹਦੀ ਬਾਇਓਮੈਟ੍ਰਿਕ ਸ਼ੁਰੂ ਕਰਾਂਗੇ ਕਰਾਂਗੇ। ਜੇ ਪੰਜਾਬ ਕਿਤੇ ਨਹੀਂ ਆ ਤਾਂ ਫਿਰ ਅਸੀਂ ਪਹਿਲ ਨਹੀਂ ਕਰਾਂਗੇ। ਦੂਸਰੀ ਮੰਗ ਜੀ, ਜਿਹੜੇ ਕੁਛ ਸਾਡੇ ਕੋਈ ਮੁਲਾਜ਼ਮ ਜਿਸ ਤਰ੍ਹਾਂ ਕੋਈ ਬੇਲਦਾਰ ਆ ਕੋਈ ਹੋਰ ਪੋਸਟ 'ਤੇ ਆ ਉਹ ਦੂਜੀਆਂ ਪੋਸਟਾਂ 'ਤੇ ਲੱਗੇ ਹੋਏ ਨੇ ਕਿਉਂਕਿ ਸਾਡੇ ਸਟਾਫ ਦੀ ਘਾਟ ਹੋਣ ਕਰਕੇ ਲੱਗੇ ਹੋਏ ਨੇ, ਪਰ ਉਹ ਯਕਮੁਕਤ ਫੈਸਲਾ ਲਿਆ ਜਾਊਗਾ। ਜੇ ਕੋਈ ਸ਼ਿਫਟ ਕਰਨਾ ਵਾਪਸ ਉਹਨੂੰ ਪੋਸਟ 'ਤੇ ਭੇਜਣਾ ਤੇ ਸਾਰੇ ਭੇਜਣਗੇ। ਇਹ ਨਹੀਂ ਕਿ ਪਿਕ ਐਂਡ ਚੂਜ ਹੋਊਗਾ ਕਿ ਮੇਰਾ ਜਾਂ ਮੇਅਰ ਦੀ ਸਿਫਾਰਿਸ਼ ਵਾਲਾ ਜਾਂ ਕਮਿਸ਼ਨ ਸਿਫਾਰਿਸ਼ ਵਾਲਾ ਉਹ ਲੱਗਾ ਰਹੇਗਾ। ਉਹ ਸਾਰੇ ਲਿਸਟ ਮੈਂ ਬਣਵਾਉਣ ਜਾ ਰਿਹਾ, ਉਹ ਅਸੀਂ ਕੋਸ਼ਿਸ਼ ਕਰਾਂਗੇ, ਅਸੀਂ ਡਿਸਕਸ ਕਰਕੇ ਆਪਸ ਵਿੱਚ ਉਹ ਵਾਪਸ ਆਪਣੀ ਆਪਣੀਆਂ ਜਿਹੜੀਆਂ ਪੋਸਟਾਂ 'ਤੇ ਕੰਮ ਕਰਾਂਗੇ। ਅਸੀਂ ਨਾਲ ਦੀ ਨਾਲ ਹਮੇਸ਼ਾ ਹੀ ਗਵਰਨਮੈਂਟ ਨੂੰ ਦਿੱਤੇ ਰਹਿੰਦੇ ਹਾਂ। ਹੁਣ ਬਜਟ ਦੇ ਵਿੱਚ ਇਹ ਵੀ ਕੈਪਟਨ ਸਾਹਿਬ ਨੇ ਅਨਾਊਂਸਮੈਂਟ ਕੀਤੀ ਆ ਕਿ ਕਾਫੀ ਵੱਡੀ ਤਾਦਾਦ 'ਚ ਜਿਹੜੇ ਭਰਤੀ ਕਰਨ ਜਾ ਰਹੇ ਨੇ, ਪੱਕੀ ਨਿਯੁਕਤੀ ਕਰਨ ਜਾ ਰਹੇ ਨੇ। ਸ਼ਾਇਦ ਸਾਨੂੰ ਉਮੀਦ ਹੈ ਉਹ 'ਚ ਸਾਨੂੰ ਕਾਫੀ ਸਟਾਫ ਮਿਲ ਜਾਏਗਾ।
ਤੇ ਜਿਹੜੀ ਤੁਸੀਂ ਕਿਉਂ ਨਹੀਂ ਕਰੋਗੇ ਬਾਇਓਮੈਟ੍ਰਿਕ ਨਹੀਂ ਜੇ ਬਾਈ ਚਾਂਸ ਪੰਜਾਬ ਦੀ ਕਿਤੇ ਵੀ ਨਹੀਂ ਆ ਤੇ ਤੁਸੀਂ ਕਿਉਂ ਕਹਿ ਰਹੇ ਹੋ ਤੁਸੀਂ ਨਹੀਂ ਕਰੋਗੇ ਜੇ ਨਹੀਂ ਹੈਗੀ ਕਿਤੇ ਨਹੀਂ ਅਸੀਂ ਕਰਨਾ ਚਾਹੁੰਦੇ ਆ ਜੀ ਇਹਨਾਂ ਜੇ ਕਿਤੇ ਨਹੀਂ ਆ ਤੇ ਇੱਥੇ ਜੇ ਕੋਸ਼ਿਸ਼ ਹੋਈ ਆ ਜੇ ਪ੍ਰਯਾਸ ਹੋਇਆ ਯੂਨੀਅਨ ਮੰਨੀ ਆ ਜੇ ਤੁਸੀਂ ਤਿਆਰ ਹੋ ਕਿਉਂ ਨਹੀਂ ਕਰੋਗੇ ਤੁਸੀਂ ਅਸੀਂ ਤਿਆਰ ਹਾਂ ਫਿਰ ਵੀ ਅਸੀਂ ਪਹਿਲਾਂ ਪੰਜਾਬ ਤੋਂ ਦੇਖ ਲਈਏ ਫਿਰ ਅਸੀਂ ਇਹਨਾਂ ਨਾਲ ਗੱਲ ਕਰਾਂਗੇ ਅਸੀਂ ਪਹਿਲ ਵੀ ਕਰ ਸਕਦੇ ਹਾਂ ਇਹਨਾਂ ਨਾਲ ਸਹਿਮਤੀ ਲੱਗੇ ਚਲੋ ਅਸੀਂ ਆਪਣੇ ਹਾਈ ਕਮਾਂਡ ਨਾਲ ਸੀਐਮ ਸਾਹਿਬ ਨਾਲ ਜਾਂ ਕਿਸੇ ਲੈਵਲ 'ਤੇ ਗੱਲ ਕਰਕੇ ਫਿਰ ਇੱਥੇ ਪਹਿਲਾਂ ਸ਼ੁਰੂ ਕਰ ਸਕਦੇ ਹਾਂ। ਅਤੇ ਸਰ ਸਟ੍ਰਾਈਕ ਖਤਮ ਕਰਾਂਗੇ ਕਹਿੰਦੇ ਇੱਕ ਹਫ਼ਤਾ ਦਾ ਵਕਫਾ ਕਿਉਂ ਲੱਗਿਆ, ਲੰਬਾ ਸਮਾਂ ਨਹੀਂ ਹੋ ਗਿਆ, ਸੋਲਿਊਸ਼ਨ ਪਹਿਲਾਂ ਵੀ ਕੱਢ ਸਕਦੇ ਸੀ। ਸੋਲਿਊਸ਼ਨ ਇਹ ਸੀਗਾ 160 ਬੰਦਿਆਂ ਦੀ ਇਹ ਗੱਲ ਅਟਲ ਫੈਸਲਾ ਇਹਨਾਂ ਨੂੰ ਕੱਢਿਆ ਜਾਵੇ ਯਾਰ, ਸਾਡਾ ਅਟਲ ਫੈਸਲਾ ਇਹ ਬੰਦੇ ਨਹੀਂ ਕਰ ਸਕਦੇ, ਇਹਦੇ ਕਰਕੇ ਡਿਲੇ ਹੋਈ। 4 ਦਿਨ ਜਿਹੜਾ ਉਹਨਾਂ ਨੂੰ ਟਾਈਮ ਦਿੱਤਾ ਸੀਗਾ ਹੜਤਾਲ ਦਾ ਨੋਟਿਸ ਦਿੱਤਾ ਸੀ, ਉਹਨਾਂ ਨੇ ਥੱਲੇ ਵੀ ਕਿਹਾ ਕਿ ਤੁਸੀਂ ਉਹਦੇ 'ਚ ਬੁਲਾ ਸਕਦੇ ਸੀਗੇ, ਗੱਲ ਕਰ ਸਕਦੇ ਸੀਗੇ, ਅਤੇ ਉਹ ਟਾਈਮ ਕਿਉਂ ਲੰਘਾਇਆ ਗਿਆ? ਇਹਨਾਂ ਨੂੰ ਮੈਸੇਜ ਦਿੱਤਾ ਗਿਆ ਸੀਗਾ ਅਤੇ ਇਹਦਾ ਕੋਈ ਰਿਸਪੋਂਸ ਠੀਕ ਨਹੀਂ ਸੀਗਾ, ਉਹਨਾਂ ਦੀ ਇੱਕ ਗੱਲ 'ਤੇ ਉਹ ਅਡਿੰਗ ਸੀਗੇ ਕਿ ਇਹਨਾਂ ਨੂੰ ਕੱਢਣਾ ਹੀ ਪਏਗਾ, ਉਹਦੇ ਕਰਕੇ ਗੱਲ ਸ਼ੁਰੂ ਨਹੀਂ ਹੋ ਸਕੀ। ਅਤੇ ਕੂੜਾ ਜਿਹੜਾ ਹੁਣ ਅੱਜ ਤੋਂ ਉੱਠੇਗਾ ਜਾਂ ਕੱਲ੍ਹ ਤੋਂ ਸਵੇਰ ਤੋਂ? ਨਹੀਂ, ਕੂੜਾ ਅੱਜ ਤੋਂ ਹੀ ਉੱਠਣਾ ਸ਼ੁਰੂ ਹੋ ਜਾਏਗਾ। ਨਹੀਂ, ਜਿਹੜਾ ਘਰਾਂ 'ਚ ਉਹ ਤਾਂ ਨਹੀਂ ਅੱਜ ਉੱਠੇਗਾ? ਘਰਾਂ 'ਚੋਂ ਅੱਜ ਉੱਠੇ ਹੋ ਗਿਆ, ਘਰਾਂ ਦੇ ਵਿੱਚ ਚਲੇ ਗਏ ਨੇ, ਰੈਕ ਪਿੱਕਰ ਜਾ ਚੁੱਕੇ ਨੇ। ਅਤੇ ਕਿੰਨਾ ਕੂੜਾ ਲੱਗਦਾ ਇਕੱਠਾ ਹੋ ਗਿਆ ਹੋਣਾ ਪਿਛਲੇ 8 ਦਿਨਾਂ 'ਚ? ਅਤੇ ਕੂੜਾ ਕਾਫੀ ਹੈ, ਕਾਫੀ ਕੂੜਾ ਮੇਰੇ ਕੌਂਸਲ ਸਾਥੀਆਂ ਨੇ ਨਾਲ ਹੋ ਕੇ ਕੁਛ ਯੂਨੀਅਨ ਦੇ ਵੀ ਮੁਲਾਜ਼ਮਾਂ ਨੇ ਸਾਡਾ ਸਹਿਯੋਗ ਕੀਤਾ, ਕੂੜਾ ਕਾਫੀ ਚੁੱਕਿਆ ਵੀ ਗਿਆ, ਕਾਫੀ ਕੂੜਾ ਹੈ ਵੀ ਹੈ, ਪਰ ਫਿਰ ਜਿੱਦਾਂ ਤੁਸੀਂ ਕਿਹਾ ਕਿ ਘਰਾਂ 'ਚ ਅਜੇ ਕਾਫੀ ਕੂੜਾ ਹੈ ਜਿਹੜਾ ਬਾਹਰ ਤੱਕ ਨਹੀਂ ਆਇਆ ਗਿਆ, ਉਹ ਮੈਂ ਅੱਜ ਕੱਲ੍ਹ ਤਾਂ ਆ ਜਾਏਗਾ ਤਾਂ ਅਸੀਂ ਇੱਕ ਦੋ ਦਿਨ ਸਾਰਾ ਇਹਨੂੰ ਕੰਪਲੀਟ ਕਰ ਲਾਂਗੇ। ਜਿਹੜੇ ਕੌਂਸਲਰ ਦੀ ਗੱਲ ਹੋਈ, ਕੌਂਸਲਰ ਹਾਜ਼ਰੀ ਚੈੱਕ ਕਰ ਸਕਦੇ ਆ, ਅਤੇ ਉਹਦੇ ਸਟੈਂਡ 'ਤੇ ਸਟੈਂਡ ਰਹੋਗੇ ਅਤੇ ਉਹ ਵੀ ਹਾਲੇ ਯੂਨੀਅਨ ਨਾਲ ਗੱਲ ਹੋਣੀ ਆ ਫਾਈਨਲ, ਕਿ ਉਹ ਚੈੱਕ ਕਰ ਸਕਦੇ ਕਿ ਨਹੀਂ? ਬਾਇਓਮੈਟ੍ਰਿਕ ਸ਼ੁਰੂ ਹੋ ਰਹੇ, ਫਿਰ ਉਸ ਤੋਂ ਬਾਅਦ ਦੇਖਿਆ ਜਾਏਗਾ ਜੀ। ਬਾਇਓਮੈਟ੍ਰਿਕ ਦੇ ਕੌਂਸਲਰ ਨੇ ਕੀ ਕਰਨਾ ਅਤੇ ਕਿਸੇ ਨੇ ਕਰਨਾ? ਬਾਇਓਮੈਟ੍ਰਿਕ 'ਤੇ ਆਟੋਮੈਟਿਕਲੀ ਆਪਣੇ ਆਪ ਹਾਜ਼ਰੀ ਸੈਲਫ ਹੈ, ਹਾਜ਼ਰੀ ਆ, ਉਹ ਤਾਂ ਹਾਜ਼ਰੀ ਸੈਲਫ ਹੋ ਜਾਣੀ ਆ, ਲੇਕਿਨ ਜਿਹੜੀ ਹੁਣ ਆ ਜਦ ਤੱਕ ਬਾਇਓਮੈਟ੍ਰਿਕ ਨਹੀਂ ਹੁੰਦੀ ਉਦੋਂ ਤੱਕ ਹਾਜ਼ਰੀ ਕੌਣ ਚੈੱਕ ਕਰੇਗਾ? ਜਿਹੜੇ ਅਫੀਸਰ ਰੱਖੇ ਨੇ ਅਸੀਂ ਇਸ ਕੰਮ ਵਾਸਤੇ ਨੂੰ ਹਾਜ਼ਰੀ ਚੈੱਕ ਕਰਨਗੇ, ਕੌਂਸਲਰਸ ਨੂੰ ਕੋਈ ਨਹੀਂ? ਉਹ ਵੀ ਦੇਖ ਲਾਂਗੇ, ਇੱਕ ਪ੍ਰੋਵੀਜ਼ਨ ਹੈਗੀ ਆ ਅਤੇ ਉਹ ਜ਼ਰੂਰ ਚੈੱਕ ਕਰੇਗਾ, ਚੈੱਕ ਕਰੇਗਾ। ਕੰਪਿਊਟਰ ਵਾਈਜ਼ ਰਿਕਾਰਡ ਕਰਨ ਦੀ ਗੱਲ ਹੋ ਰਹੀ ਹੈ ਕਿ ਰਿਕਾਰਡ ਉਹਨਾਂ ਸਰਵਿਸ ਬੁੱਕਾਂ ਦਾ ਨਹੀਂ ਪਤਾ ਹਾਲੇ ਤੱਕ, ਅਤੇ ਉਹਦੇ ਲਈ ਕੀ ਸਟੈਪ ਹੈ, ਕਦੋਂ ਤੱਕ ਉਹਦੇ ਲਈ ਵੀ ਅਲੱਗ ਮਤਾ ਪਾਉਣਾ ਹੈ ਕਿ ਤੁਸੀਂ? ਉਹਦਾ ਕੋਈ ਮਤਾ ਨਹੀਂ ਹੈ, ਉਹ ਕੰਪਿਊਟਰਾਈਜ਼ ਕੀਤਾ ਜਾਊਗਾ, ਜਲਦੀ ਕੀਤਾ ਜਾਊਗਾ। ਕਿ ਪ੍ਰੋਬਲਮ ਕੀ ਸੀ, ਕਿਉਂ ਨਹੀਂ ਹੋ ਪਾਇਆ ਇੰਨੀ ਦੇਰ ਕੰਪਿਊਟਰਾਈਜ਼ ਰਿਪੋਰਟ? ਪਤਾ ਨਹੀਂ, ਕਦੀ ਬੜੀ ਤੇਜ਼ ਤੋਂ ਨਹੀਂ ਹੈ, ਸਾਡੇ ਹੁਣ ਦੇ ਜਿਹੜਾ ਹਾਊਸ ਨੇ ਇਹ ਡਿਮਾਂਡ ਰੱਖੀ ਸੀ, ਕੌਂਸਲਰ ਨੇ ਡਿਮਾਂਡ ਰੱਖੀ ਵੀ ਇਹ ਸਾਰੀ ਕੰਪਿਊਟਰਾਈਜ਼ ਹੋਣੀ ਚਾਹੀਦੀ ਜੀ, ਜਿਹੜੀਆਂ ਕਿ ਇਹ ਨਹੀਂ ਹੋ ਰਹੀ, ਇਹਦੇ ਬਾਰੇ ਨਹੀਂ ਪਤਾ ਜੀ। ਹੁਣ ਉਹ ਇਸ ਗੱਲ ਨਾਲ ਪਹਿਲਾਂ ਐਗਰੀ ਨਹੀਂ ਹੋ ਰਹੇ, ਸ਼ਾਇਦ ਹੁਣ ਐਗਰੀ ਨੇ। ਐਨਕਾਊਂਟਰ ਜਲੰਧਰ ਸੇ ਵਰੁਣ ਕੀ ਰਿਪੋਰਟ।